ਸਲਾਮ ਅਲੈਕੁਮ ਬਾਈ ਜਾਨ, ਕੀ ਹਾਲ? ਠੀਕ ਹੋ? ਲੋ ਭੈਣ, ਇੱਕ ਡੈਡੀ ਜੋੜੇ ਦਾ ਸ਼ੌਂਕ ਕਰਵਾਉਣ ਲੱਗਾ ਬਾਈਆਂ ਨੂੰ, ਠੀਕ ਹੈ ਜੀ? ਮੈਂ ਰਸਗਰ ਵਾਲਾ, ਠੀਕ ਹੈ ਮੇਰਾ ਬਾਈ ਜਾਨ? ਜਿਸ ਬਾਈ ਨੂੰ ਸਮਝ ਆ ਜਾਏ ਬਾਈ, ਰਾਬਤਾ ਕਰ ਲਏ, ਜੋੜਾ ਮਿਲ ਜਾਏਗਾ, ਠੀਕ ਹੈ ਮੇਰਾ ਬਾਈ ਜਾਨ? ਫੀਮੇਲ ਆ ਮੇਰਾ ਬਾਈ ਜਾਨ, ਠੀਕ ਆ? ਆਹ ਮੇਲ ਆ, ਠੀਕ ਹੈ ਜੀ ਮੇਰਾ ਬਾਈ ਜਾਨ? ਮੇਲ ਦਾ ਹੱਡੀ ਜੋੜ ਭੈਣ, ਇੱਕ ਉਂਗਲ ਤੋਂ ਘੱਟ ਫਾਸਲਾ, ਜੋੜ ਦੇ ਵਿੱਚ ਇੱਕ ਸਿਰ ਦਾ ਬਾਲ ਵੀ ਗੁਜ਼ਰੇ, ਸਾਡੀ ਜ਼ਿੰਮੇਦਾਰੀ। ਮਾਦੀ ਦਾ ਹੱਡੀ ਜੋੜ ਦਾ ਫਾਸਲਾ ਇੱਕ ਉਂਗਲ ਤੋਂ ਥੋੜ੍ਹਾ, ਠੀਕ ਆ? ਬਿਲਕੁਲ ਨਾ ਹੋਇਆ ਤਰ੍ਹਾਂ ਦੇ ਜੋੜ ਖੁੱਲ੍ਹੇ ਨੇ। ਇੱਕ ਇੱਕ ਰੱਤੀ ਉਹ ਗੱਲ ਦੱਸਾਂਗੇ ਜਿਹੜੀ ਇੱਕ ਰੱਤੀ ਵੀ ਫਰਕ ਹੋਵੇ, ਸਾਡੀ ਜ਼ਿੰਮੇਦਾਰੀ ਹੈ ਇਨਸ਼ਾਅੱਲਾ, ਠੀਕ ਆ ਜੀ? ਆਹ ਫੀਮੇਲ ਆ ਮੇਰਾ ਬਾਈ ਜਾਨ, ਠੀਕ ਆ ਜੀ? ਆਹ ਮੇਲ ਆ, ਜਿਸ ਬਾਈ ਦੀ ਸਮਝ ਆ ਜਾਏ ਉਹ ਮੇਰਾ ਬਾਈ ਰਾਬਤਾ ਕਰ ਲਵੇ, ਠੀਕ ਆ ਜੀ? ਬਾਕੀ ਤੁਹਾਨੂੰ ਉਹਨਾਂ ਦੀਆਂ ਅੱਖਾਂ ਦਾ, ਪਰਾਂ ਦਾ, ਹਰ ਚੀਜ਼ ਦਾ ਸ਼ੌਂਕ ਕਰਵਾਵਾਂ ਜੀ, ਠੀਕ ਹੈ ਜੀ? ਲਓ ਮੇਰਾ ਬਾਈ, ਮੇਲ ਦੀ ਅੱਖ ਦਾ ਸ਼ੌਂਕ ਕਰੋ, ਨੂਰ ਦੇਖੋ, ਨੂਰ ਦੇ ਨਾਲ ਰਿੰਗ ਦੇਖੋ, ਇਹਦੀ ਜ਼ਮੀਨ ਦੇਖੋ, ਔਰ ਨੂਰ ਨੂੰ ਦੇਖਣਾ ਕੀ ਕਰਦਾ ਮੇਰਾ ਬਾਈ ਜਾਨ, ਠੀਕ ਹੈ ਜੀ? ਸਿਰਫ ਮੇਰਾ ਬਾਈ ਰਾਬਤਾ ਕਰੇ ਜਿਹਦੀ ਸਮਝ ਆ ਜਾਏ, ਹੱਡੀ ਜੋੜ ਦਾ ਫਾਸਲਾ ਉਂਗਲ ਤੋਂ ਥੋੜ੍ਹਾ, ਜੋੜ ਦੇ ਵਿੱਚ ਸਿਰ ਦਾ ਬਾਲ ਵੀ ਗੁਜ਼ਰ ਜਾਏ, ਸਾਡੀ ਜ਼ਿੰਮੇਦਾਰੀ ਆ। ਜਿਸ ਚੀਜ਼ ਦੀ ਸਿਰਫ ਗਰੰਟੀ ਦੇਵਾਂਗੇ, ਸਿਰਫ ਉਸ ਚੀਜ਼ ਦੀ ਗਰੰਟੀ ਹੋਏਗੀ ਇਨਸ਼ਾਅੱਲਾ। ਹੋ ਮੇਰਾ ਬਾਈ, ਕੁੰਦੇ ਦਾ ਸ਼ੌਂਕ ਕਰੋ, ਕਬੂਤਰ ਕਲੀਚ ਵਿੱਚ ਆ ਮੇਰਾ ਬਾਈ, ਆ ਪਰ ਦੇਖੋ, ਔਰ ਅਲਹਮਦੁਲਿਲਾ ਕੁੰਦੇ ਦਾ ਮਜ਼ਾ ਲਵੋ, ਜਿਹੜੇ ਕਹਿੰਦੇ ਨੇ ਟੈਡੀਆਂ ਦੇ ਪਰ ਚੋੜੇ ਨਹੀਂ ਰਹਿ ਗਏ, ਦੇਖਣੇ ਆ ਮੇਰਾ ਬਾਈ ਜਾਨ, ਠੀਕ ਹੈ ਜੀ? ਉਹ ਦਸਵੀਂ ਬਰੀਕ ਦੇਖੋ ਕਿਤਨੀ ਹੈ, ਜਿਹੜੇ ਬਾਈ ਇਸ ਗੱਲ ਨੂੰ ਸਮਝਦੇ ਨੇ ਇਨਸ਼ਾਅੱਲਾ ਸਮਝ ਜਾਣਗੇ, ਠੀਕ ਹੈ ਜੀ? ਬਗਲ ਦੇ ਪਹਿਲੇ ਪਰ 'ਤੇ ਗੌਰ ਕਰਿਓ, ਠੀਕ ਹੈ ਜੀ? ਲਓ ਜੀ, ਦੁੰਬ ਦਾ ਸ਼ੌਂਕ ਕਰ ਲਓ, ਠੀਕ ਹੈ ਮੇਰਾ ਬਾਈ? ਜਿਹੜੀ ਚੀਜ਼ ਹੋਈ ਮੇਰਾ ਬਾਈ, ਵਾਜ਼ਿਆ ਤੁਹਾਨੂੰ ਦਿਖਾ ਦਾਂਗੇ, ਬਾਕੀ ਇਨਸ਼ਾਅੱਲਾ। ਲਓ ਮੇਰਾ ਬਾਈ, ਪੰਜਿਆਂ ਦਾ ਗੌਰ ਕਰ ਲਿਓ, ਲੋਕ ਇਹਨਾਂ ਨੂੰ ਜਾਮਣੀ ਕਹਿੰਦੇ ਸੀ, ਸੁਰਖ ਪੰਜੇ ਕਹਿੰਦੇ ਆ, ਅਲਹਮਦੁਲਿਲਾ, ਠੀਕ ਆ ਜੀ? ਰੂੰ ਦਾ ਭਾਲੂ ਨਾ ਹੋਵੇ ਸਾਡੀ ਜ਼ਿੰਮੇਦਾਰੀ ਆ, ਨਸਲ ਦੀ ਗਰੰਟੀ ਆ। ਦੇਖੋ ਜੋੜਾ ਲਿਆ ਹੁੰਦੇ ਬਾਹਰ, ਜੋ ਕੁਛ ਜਾਨਵਰ ਜਿਹੜੇ ਬਾਹਰੋਂ ਖਰੀਦੇ ਹੁੰਦੇ ਆ, ਉਹਦੀ ਬਸ ਨਸਲ ਦੀ ਹੱਡੀ ਜੋੜ ਦੀ ਪਰ ਦੀ ਗਰੰਟੀ ਦੇ ਸਕਦੇ ਹੁੰਦੇ ਆ। ਔਰ ਇਨਸ਼ਾਅੱਲਾ ਤੁਸੀਂ ਅੱਖ ਦੇ ਇੰਨੀ ਚਮਕ ਔਰ ਨਮੀ 'ਤੇ ਗੌਰ ਕਰਨੀ ਮੇਰਾ ਬਾਈ ਜਾਨ। ਹਲੋ, ਹਰ ਚੀਜ਼ ਵਾਜ਼ਿਆ ਕਰਕੇ ਦਿਖਾਈ ਦਾ, ਕਿਸੇ ਬਾਈ ਨੂੰ ਮੁਸ਼ਕਲ ਨਾ ਬਣੇ। ਲੋ ਮੇਰਾ ਬਾਈ, ਫੀਮੇਲ ਦੀ ਅੱਖ ਦਾ ਸ਼ੌਂਕ ਕਰੋ, ਅੱਲਾਹ ਦੀ ਰਹਿਮਤ ਨਾਲ ਬੜੇ ਬੜੇ ਸ਼ੌਂਕ ਕੀਤਾ ਹੋਏਗਾ, ਇਤਨਾ ਨੂਰ ਨਹੀਂ ਬਰੀਕ ਦੇਖਿਆ ਹੋਏਗਾ, ਮੈਂ ਅੱਲਾਹ ਕੋ ਡਰ ਕੇ ਕਹਿੰਦਾ, ਠੀਕ ਆ? ਔਰ ਇਸ ਫੀਮੇਲ ਦੀ ਗਰੰਟੀ ਆ, ਆਂਡੇ ਨਾ ਦੇਵੇ ਮੈਂ ਵਾਪਸ ਲਊਂਗਾ, ਇਸ ਕਰਕੇ ਜਿਹੜੀ ਚੀਜ਼ ਮੈਂ ਇਹ ਆਂਡਿਆਂ ਤੋਂ ਚੁੱਕ ਲੈ ਗਿਆ, ਆਂਡੇ ਨਾ ਦੇਵੇ ਮੈਂ ਉਸੇ ਟਾਈਮ ਵਾਪਸ ਲਊਂ, 15 ਦਿਨ 'ਚ ਆਂਡੇ ਨਾ ਦੇਵੇ ਮੈਂ ਵਾਪਸ ਲਊਂਗਾ, ਠੀਕ ਆ? ਨੂਰ ਦੇਖੋ, ਨੂਰ ਦੇ ਨਾਲ ਰਿੰਗ ਦੇਖੋ, ਇਹਦੀ ਜ਼ਮੀਨ ਦੇਖੋ, ਔਰ ਇਹਦੇ ਗੁਲਾਬੀ ਜ਼ਰਾਤ ਦੇਖੋ, ਠੀਕ ਹੈ ਮੇਰਾ ਬਾਈ ਜਾਨ? ਸਿਰਫ ਮੇਰਾ ਬਾਈ ਰਾਬਤਾ ਉਹ ਕਰੇ ਜਿਸ ਬਾਈ ਦੀ ਸਮਝ 'ਚ ਆ ਜਾਏ, ਹੱਡੀ ਜੋੜ ਦਾ ਫਾਸਲਾ ਤੁਹਾਨੂੰ ਦੱਸਿਆ ਉਂਗਲ ਤੋਂ ਥੋੜ੍ਹਾ, ਇੱਕ ਸੂਤਰ ਜਾਂ ਸੂਤਰ ਵੀ ਮਸਾਂ ਜੋੜੇ ਦੇ ਖੁੱਲ੍ਹੇ ਹੋਣ ਵੇ, ਉਹ ਵੀ ਮਾਦੀ ਆ, ਆਂਡੇ ਲਾ ਕੇ ਆਈ ਆ, ਕੀ ਪਤਾ ਇਹਦੀ ਵਜ੍ਹਾ ਤੋਂ ਆ, ਠੀਕ ਆ ਜੀ? ਲਓ ਮੇਰਾ ਬਾਈ, ਮਾਦੀ ਦੇ ਪੱਲੇ ਦਾ ਸ਼ੌਂਕ ਕਰੋ, ਲੱਗਦਾ ਮੇਰੇ ਕੋਲ ਨਾ ਗਲਤੀ ਨਾਲ ਲੱਗਦਾ ਮੂੰਹ 'ਚੋਂ ਵੀ ਫੀਮੇਲ ਨਿਕਲ ਗਈ, ਉਹ ਨਾਰਾ, ਆਹ ਫੀਮੇਲ ਆ ਮੇਰਾ ਬਾਈ ਜਾਨ, ਠੀਕ ਆ ਜੀ? ਆਹ ਫੀਮੇਲ ਆ, ਉਹ ਨਾਰਾ, ਠੀਕ ਆ ਮੇਰਾ ਬਾਈ ਜਾਨ? ਮਾਦੀ ਦੇ ਕੁੰਦੇ ਦਾ ਸ਼ੌਂਕ ਕਰੋ, ਜਿੱਥੋਂ ਮਰਜ਼ੀ ਤੱਕ ਖੋਲੋ, ਠੀਕ ਹੈ ਜੀ? ਵਾਇਬ੍ਰੇਸ਼ਨ ਦੇਖੋ, ਠੀਕ ਹੈ ਜੀ?
ਲੋ ਮੇਰਾ ਭਾਈ ਦੁੰਬ ਦਾ ਸ਼ੌਂਕ ਕਰੋ, ਕੋਸ਼ਿਸ਼ ਉਹ ਚੀਜ਼ ਲਿਆ ਕੇ ਸੇਲ ਕਰੇ, ਬਲ ਤੇ ਸੇਲ ਕਰੀਦੀ ਨਹੀਂ ਲਿਆ ਕੇ, ਫਿਰ ਕਰੀਏ ਫਿਰ ਜਿਹੜੀ ਆਪਣੀ ਜ਼ਾਤ ਲਈ ਖੁੱਡੇ 'ਚ ਅੱਛੀ ਚੀਜ਼ ਲੱਗਦੀ ਨਾ, ਉੱਦਾਂ ਦੀ ਫਿਰ ਕਿਸੇ ਲਈ ਲੈ ਕੇ ਆਈਦੀ ਆ। ਹਾਂਜੀ, ਪੰਜਿਆਂ ਦਾ ਸ਼ੌਂਕ ਕਰੋ, ਖੁਸ਼ਕ ਪੰਜੇ ਦੇਖੋ ਦੇਖੋ, ਠੀਕ ਆ ਜੀ, ਅੱਲਾ ਦੀ ਰਹਿਮਤ ਦੇ ਨਾਲ। ਦੁੰਬ ਦੀਆਂ ਪਰੀਆਂ ਦਾ ਸ਼ੌਂਕ ਕਰੋ, ਠੀਕ ਆ ਜੀ, ਸ਼ੌਂਕ ਕਰਿਓ ਅੱਲਾ ਦੀ ਰਹਿਮਤ ਨਾਲ। ਲੋ ਮੇਰਾ ਭਾਈ ਸਾਰੇ ਕਲਰ ਦਾ ਸ਼ੌਂਕ ਕਰਵਾ ਜੀ ਦਾ, ਦੱਸ ਦਈਦਾ ਜੇ ਸਾਡੇ ਲਿਫਾਜ਼ਾਂ 'ਚ ਫਰਕ ਆਵੇ, ਅਲਹਮਦੁਲਿਲਾ ਅਸੀਂ ਵਾਪਸ ਲੈਣ ਨੂੰ ਤਿਆਰ ਹੋਵਾਂ ਜੀ, ਔਰ ਮਾਜ਼ਰਤ ਵੀ ਕਰਾਂਗੇ। ਲੋ ਮੇਰਾ ਭਾਈ ਜਾਣਾ ਫੀਮੇਲ ਆ, ਆਹ ਮੇਲ ਆ ਮੇਰਾ ਭਾਈ ਜਾਣ, ਠੀਕ ਹੈ ਜੀ, ਜਿਸ ਭਾਈ ਦੀ ਸਮਝ ਆ ਜੇ ਉਹ ਮੇਰਾ ਭਾਈ ਰਾਬਤਾ ਕਰ ਲਵੇ, ਠੀਕ ਹੈ ਜੀ।